जी जथेदार तां दे रहा वा कि जिहड़ियां सियासी कॉन्फ्रेंसां रोकियां गईयां अकाली दल बादल दियां फतेहगढ़ साहिब दी धरती ते ਉਹ ਇਹਨਾਂ ਨੂੰ ਚੁਭ ਰਹੀਆਂ ਵਾ। ਇਹਨਾਂ ਦੇ ਜਿਹੜੇ ਕਾਰਜਕਾਲ ਆ ਉਹਦੇ ਵਿੱਚ ਇਉਂ ਝਾਕ ਰਿਹਾ ਕਿ ਇਹ ਆਮ ਪੰਚਾਇਤੀ ਜਿੰਨੀ ਵੀ ਸਿਆਣਫ ਨਹੀਂ ਰੱਖਦੇ, ਪੰਚਾਇਤ ਵੀ ਦੋ ਧਿਰਾਂ ਨੂੰ ਸੁਣ ਕੇ ਫੈਸਲਾ ਸੁਣਾਉਂਦੀ ਹੈ। ਸਿੱਖਾਂ ਦੀ ਮਾਣਮੱਤੀ ਸੁਪਰੀਮ ਕੋਰਟ ਤੋਂ ਵੀ ਉੱਤੋਂ ਦੀ, ਸਾਡਾ ਸਭ ਕੁਝ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਇੱਕ ਤਰਫਾ ਸੁਣ ਕੇ, ਕਿਸੇ ਪ੍ਰੋਫੈਸਰ ਦੇ ਨਾਲ ਜਿਹੜੀ ਗੱਲ ਹੋਈ ਆ ਉਹਨੂੰ ਸੁਣ ਕੇ ਇੱਕ ਤਰਫਾ ਫੈਸਲਾ ਸੁਣਾ ਰਿਹਾ। ਕਿਸੇ ਪਾਰਟੀ ਨੂੰ ਫਾਇਦਾ ਪਹੁੰਚਾਉਣ ਵਾਸਤੇ ਲੇਪਾ ਪੋਚੀ ਵਾਲੇ ਬਿਆਨ ਦੇ ਕੇ ਅਕਾਲੀ ਫੂਲਾ ਸਿੰਘ ਨਹੀਂ ਬਣਿਆ ਜਾਣਾ। ਜੇ ਅਕਾਲੀ ਫੂਲਾ ਸਿੰਘ ਉਹਨਾਂ ਨੇ ਹਕੀਕੀ ਬਣਨਾ ਆ ਤਾਂ ਫਿਰ ਅਕਾਲੀ ਫੂਲਾ ਸਿੰਘ ਵਰਗੀ ਕਮਾਂਡ ਉਹਨਾਂ ਨੂੰ ਦੇਣੀ ਪੈਣੀ ਆ। ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਵੱਲੋਂ ਕਿਸੇ ਵੀ ਸਤਿਕਾਰ ਕਮੇਟੀ ਨੂੰ ਕੋਈ ਵੀ ਮਾਨਤਾ ਨਹੀਂ ਹੈ, ਜਿਸ ਤੋਂ ਬਾਅਦ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਸੇਵਾਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਆਪਣਾ ਪੱਖ ਰੱਖਿਆ ਅਤੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਦੀ ਉਸ ਗੱਲ ਨੂੰ ਬੇਬੁਨਿਆਦ ਕਰਾਰ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਿਕਾਰ ਕਮੇਟੀ ਦੇ ਸੇਵਾਦਾਰ ਬਲਬੀਰ ਸਿੰਘ ਮੁੱਛਲ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਰਵੱਈਏ ਉੱਤੇ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਸਤਿਕਾਰ ਕਮੇਟੀ ਵੱਲੋਂ ਆਪਣੀ ਕਿਰਤ ਵਿੱਚੋਂ ਪੈਸੇ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ ਰੱਖਿਆ ਜਾਂਦਾ ਸੀ। ਜਿੱਥੇ ਵੀ ਗੁਰਬਾਣੀ ਦਾ ਨਿਰਾਦਰ ਹੁੰਦਾ ਉੱਥੇ ਸਤਿਕਾਰ ਕਮੇਟੀ ਪੁੱਜਦੀ, ਪਰ ਹੁਣ ਜਥੇਦਾਰ ਸਾਹਿਬ ਦੇ ਇਸ ਬਿਆਨ ਨੇ ਉਹਨਾਂ ਦੇ ਮਨਾਂ ਉੱਤੇ ਸੱਟ ਮਾਰੀ ਹੈ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਸੇਵਾਦਾਰ ਕੁਝ ਕੁ ਪੰਜਾਬ ਵਿੱਚੋਂ ਆਏ ਨੇ ਜਿਨ੍ਹਾਂ ਨੂੰ ਰਾਤੀ ਕਾਲ ਲਾਈ ਸੀ, ਕਿਉਂਕਿ ਇਹ ਲੰਮੇ ਸਮੇਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮੇ ਜਾਰੀ ਉਹਨਾਂ 'ਤੇ ਪਹਿਰਾ ਦਿੰਦੇ ਆ ਰਹੇ ਨੇ ਅਤੇ ਦਿੰਦੇ ਰਹਿਣਗੇ। ਜੋ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ, ਕਿਉਂਕਿ ਅਸੀਂ ਲੰਮੇ ਸਮੇਂ ਤੋਂ ਇਹਨਾਂ ਨਾਲ ਸੰਪਰਕ ਬਣਾ ਰਹੇ ਹਾਂ ਕਿ ਸਾਡੇ ਨਾਲ ਬੈਠੋ, ਪਾਵਨ ਪਵਿੱਤਰ ਗੁਰਬਾਣੀ ਦਾ ਸਤਿਕਾਰ ਨਹੀਂ ਕਈਆਂ ਥਾਵਾਂ 'ਤੇ ਹੋ ਪਾ ਰਿਹਾ। ਕਈਆਂ ਡੇਰਿਆਂ ਦੇ ਵਿੱਚ 150-150 ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਉਹ ਸਾਲ ਬਾਅਦ ਜਦੋਂ ਕਿਸੇ ਮਹਾਂਪੁਰਸ਼ ਦੀ ਕੋਈ ਬਰਸੀ ਮਨਾਉਂਦਾ ਹੈ ਉਦੋਂ ਹੀ ਪ੍ਰਕਾਸ਼ ਹੁੰਦੇ ਨੇ, ਪਹਿਲਾਂ ਨਹੀਂ ਹੁੰਦੇ। ਹੋਰ ਵੀ ਜਿਵੇਂ ਜੀਵਨ ਸਿੰਘ ਅਤੇ ਚਤਰ ਸਿੰਘ ਦੀ ਬਿਲਕੁਲ ਲਾਗੇ ਨਜ਼ਦੀਕ ਪ੍ਰੈਸ ਹੈ, ਇੱਥੇ ਜਿਹੜੀਆਂ ਪੋਥੀਆਂ ਛਾਪੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਮੇਰੇ ਕੋਲ ਗੁਟਕਾ ਸਾਹਿਬ ਵੀ ਆਇਆ ਵਾ, ਉਹ ਮੈਂ ਇਹਨਾਂ ਕੋਲ ਲਿਆਉਣਾ ਚਾਹੁੰਦਾ ਸੀ, ਸਮਾਂ ਮੰਗਿਆ ਇਹਨਾਂ ਨੇ ਸਮਾਂ ਨਹੀਂ ਦਿੱਤਾ। ਉਹ ਸੁਖਮਨੀ ਸਾਹਿਬ ਦੀ 12ਵੀਂ ਅਸ਼ਟੀ ਪਦਵੀ ਦੇ ਵਿੱਚ ਪੰਜ ਪਦੇ ਹੈ ਨਹੀਂ ਗੇ ਯਾਨੀ ਕਿ ਸ਼ਬਦ ਹੈ ਨਹੀਂ ਵਿੱਚ, ਅਤੇ ਕਾਫੀ ਵਿੱਚ ਪੰਜਾਂ ਲੈਣਾ ਦੇ ਵਿੱਚ ਪੰਜ ਸ਼ਬਦ ਹੀ ਹੈ ਨਹੀਂ ਉਹ। ਅਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਵਾਂ ਕਿ ਇਹ ਜਿਹੜਾ ਅੱਜ ਸੋਸ਼ਲ ਮੀਡੀਆ 'ਤੇ ਸਤਿਕਾਰ ਕਮੇਟੀ ਦੇ ਵਿਰੁੱਧ ਲੋਕ ਕਮੈਂਟ ਪਾ ਰਹੇ ਨੇ, ਉਹ ਅੱਜ ਸਤਿਗੁਰ ਦੇ ਸਤਿਕਾਰ ਵਾਸਤੇ, ਅਸੀਂ ਨਾ ਇਹਨਾਂ ਕੋਲੋਂ ਕਿਤੇ ਪੈਸਾ ਮੰਗਿਆ ਹੈ ਅਤੇ ਨਾ ਮੰਗਾਂਗੇ। ਆਪਣੇ ਕਿਰਤ ਦੇ ਵਿੱਚੋਂ ਅਤੇ ਸੰਗਤ ਦੇ ਸੰਯੋਗ ਨਾਲ ਜਿੱਥੇ ਜਿੱਥੇ ਸਤਿਗੁਰਾਂ ਦਾ ਸਤਿਕਾਰ ਨਹੀਂ ਹੋ ਰਿਹਾ ਉਹ ਜਾ ਕਰਕੇ ਸਤਿਗੁਰਾਂ ਦੇ ਸਤਿਕਾਰ ਨੂੰ ਬਹਾਲ ਕਰਾਵਾਂਗੇ ਅਤੇ ਕਰਾਉਂਦੇ ਰਹਾਂਗੇ। ਇਸ ਦੇ ਨਾਲ ਹੀ ਬਲਬੀਰ ਸਿੰਘ ਮੁੱਛਲ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜਥੇਦਾਰ ਵੱਲੋਂ ਇਹ ਸਭ ਕੁਝ ਇਸ ਕਰਕੇ ਕਿਹਾ ਗਿਆ ਕਿਉਂਕਿ ਸਤਿਕਾਰ ਕਮੇਟੀ ਵੱਲੋਂ ਬੀਤੇ ਸਮਿਆਂ ਦੌਰਾਨ ਬਾਦਲਾਂ ਦੀਆਂ ਕਾਨਫਰੰਸਾਂ ਨੂੰ ਵੀ ਰੋਕਿਆ ਗਿਆ ਅਤੇ ਅੰਮ੍ਰਿਤਸਰ ਵਿਖੇ ਲੱਗੇ ਬੁੱਤਾਂ ਦੇ ਮਾਮਲੇ 'ਚ ਵੀ ਬਾਦਲਾਂ ਨੂੰ ਘੇਰਿਆ ਗਿਆ ਸੀ, ਜਿਸ ਕਰਕੇ ਹੁਣ ਉਸੇ ਰੰਜਿਸ਼ ਦੇ ਚੱਲਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਸਭ ਕੁਝ ਕੀਤਾ। ਬਾਬਾ ਜੀ, ਅਗਰ ਸਿੰਘ ਸਾਹਿਬ ਨੇ ਜਿੱਦਾਂ ਐਲਾਨ ਕਰਤਾ ਵੀ ਕੋਈ ਇਹਦੀ ਸਰਕਾਰ ਕਮੇਟੀ ਨਹੀਂ ਕਰੇਗੀ, ਸਿਰਫ ਪੰਜ ਸਿੰਘ ਸਾਹਿਬਾਂ ਅਕਾਲ ਤਖਤ ਤੋਂ ਜਾ ਕੇ ਕਾਰਵਾਈ ਪਾਉਣਗੇ, ਉਹਦੇ ਬਾਵਜੂਦ ਵੀ ਆਪਾਂ ਇਹ ਕਾਰਵਾਈ ਜਾਰੀ ਰੱਖਾਂਗੇ ਜੀ? ਇਹ ਜੀ ਜਥੇਦਾਰ ਤਾਂ ਦੇ ਰਿਹਾ ਵਾ ਕਿ ਜਿਹੜੀਆਂ ਸਿਆਸੀ ਕਾਨਫਰੰਸਾਂ ਰੋਕੀਆਂ ਗਈਆਂ ਅਕਾਲੀ ਦਲ ਬਾਦਲ ਦੀਆਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ, ਉਹ ਇਹਨਾਂ ਨੂੰ ਚੁਭ ਰਹੀਆਂ ਵਾ ਕਿ ਵਿਰੋਧ ਕਰ ਰਹੀ ਹੈ ਅਤੇ ਇੱਕ ਕੇਵਲ ਸਤਿਕਾਰ ਕਮੇਟੀ ਅਕਾਲੀ ਦਲ ਦਾ ਵਿਰੋਧ ਕਰਦੀ ਆ ਅਤੇ ਕਰਦੇ ਰਹਾਂਗੇ ਵਿਰੋਧ। ਜਿਹੜੇ ਗੁਰੂ ਘਰ ਦੇ ਦੋਖੀ ਨੇ ਉਹਨਾਂ ਦਾ ਅਸੀਂ ਲਿਹਾਜ਼ ਨਹੀਂ ਕਰਾਂਗੇ। ਸਿਆਸੀ ਕਾਨਫਰੰਸਾਂ ਰੋਕੀਆਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ, ਬੁੱਤਾਂ ਦਾ ਮਸਲਾ ਆਇਆ ਲਾਗੋ ਦੀ ਇਹ ਜਥੇਦਾਰ ਲੰਘਦੇ ਸਨ, ਇਹਨਾਂ ਨੂੰ ਉਦੋਂ ਨਹੀਂ ਦਿਖੇ ਜਦੋਂ ਸਤਿਕਾਰ ਕਮੇਟੀ ਪੰਜਾਬ ਨੇ ਮੋਰਚਾ ਲਾਇਆ ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੋਰਚਾ ਫਤਿਹਗੜ੍ਹ ਕੇ ਝੋਲੀ 'ਚ ਸੇਵਾ ਪਾਈ। ਇੱਦਾਂ ਹੀ ਜੀਵਨ ਸਿੰਘ ਅਤੇ ਚਤਰ ਸਿੰਘ ਦੀ ਪ੍ਰੈਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਗਾਤਾਰ ਛਪਾਈ ਜਾਰੀ ਰੱਖਦੀ ਸੀ, ਜਦੋਂ 52 ਧੰਨ ਗੁਰੂ ਗ੍ਰੰਥ ਸਾਹਿਬ ਦੋਨੋਂ ਜੀ ਜੁੱਤੀਆਂ ਪਾ ਕੇ ਦਿੱਲੀ ਨੂੰ ਲੈ ਕੇ ਜਾ ਰਹੇ ਸਨ, ਸੁਰਿੰਦਰ ਸਿੰਘ ਵਰਗੇ, ਉਹ ਵੀ ਪੰਜਾਬ ਸਰਕਾਰ ਨੇ ਜੇ ਪਾਬੰਦੀ ਲਾਈ ਤਾਂ ਸਤਿਕਾਰ ਕਮੇਟੀ ਨੇ ਇਹਦਾ ਮੂੰਹ ਕਾਲਾ ਕੀਤਾ ਸੀ। ਇਹ ਸੇਵਾ ਨਿਰੰਤਰ ਜਾਰੀ ਗੁਰੂ ਸਾਹਿਬ ਕਿਰਪਾ ਕਰਕੇ ਕਰਾਉਂਦੇ ਰਹਿਣ। ਇਸ ਦੇ ਨਾਲ ਹੀ ਸਤਿਕਾਰ ਕਮੇਟੀ ਵੱਲੋਂ ਪਹੁੰਚੇ ਭਾਈ ਖੋਸੇ ਨੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਵੱਡੇ ਦੋਸ਼ ਲਗਾਏ ਨੇ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹਮੇਸ਼ਾ ਇੱਕ ਤਰਫਾ ਗੱਲ ਕਰਦੇ ਨੇ,
उन्हें कहा अजिही गल तो सरपंच भी नहीं करता, सरपंच भी दो धिर की सुन के फिर ही फैसला दिता है, पर इतने हरप्रीत सिंह एक पक्ष सुन के दूजा पक्ष ना जान के ही फैसला ले लेंगे ने। तो ज्ञानी हरप्रीत सिंह के इस कथन ने सिखां दे मना उत्ते भारी सट मारी है। असी सारे अज सच्चे पातशाह श्री गुरु हरगोबिंद साहब महाराज के तख्त से अरदास बेनती करके आए हैं कि जो पिछले समय बड़ियां बेअदबियां हुई घटनावां वापरियां सी, उस तों उपरंत एक नवे जथेदार की स्थापना हुई सी जिहड़े मौजूदा हुण अहुदे ते विराजमान आ, ते कौम नूं बड़ा विश्वास सीगा कि जथेदार जिहड़ा पिछला जिहड़ा घाओ आ कौम दे हिरदियां ते लगा उहनूं पूरा करनगे। पर अफसोस ये कागजी ते अखबारी शेर निकले, क्योंकि इन्हां दे जिहड़े कार्यकाल आ उहदे विच इउं झाक रिहा कि ये आम पंचायती जिनी भी सियाणफ नहीं रखते, पंचायत भी दो धिर सुन के फैसला सुनाउंदी है, थाने विच भी दो धिर सुन के फैसला हुंदा, अदालतों विच भी दो धिर फैसला सुन के हुंदा। अफसोस नाल कहना पै रहा कि सिखां दी माणमती सुप्रीम कोर्ट तो भी उत्तों दी साडा सब कुछ श्री अकाल तख्त साहब का जथेदार एक तरफा सुन के किसी प्रोफेसर दे नाल जिहड़ी गल होई आ उहनूं सुन के एक तरफा फैसला सुनाड़िया, जिहदे नाल ਸਾਡੇ ਮਨਾਂ ਦੇ ਉੱਤੇ ਭਾਰੀ ਸੱਟ ਵੱਜੀ ਆ। ਔਰ ਜਿਹੜਾ ਇਹਨੇ ਰੋਕਿਆ ਸੀਗਾ ਕਿ ਜਥੇਬੰਦੀਆਂ ਨੂੰ ਕੋਈ ਵੀ ਸੇਵਾ ਕਰਨ ਦੀ ਆਗਿਆ ਨਹੀਂ ਹੈ, ਅਸੀਂ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਬੇਨਤੀ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕੋਲੋਂ ਸ਼ਕਤੀ ਮੰਗ ਕੇ ਆਏ ਹਾਂ ਕਿ ਸੱਚੇ ਪਾਤਸ਼ਾਹ ਅਸੀਂ ਗੁਰੂ ਸਾਹਿਬ ਦੇ ਆਦਬ ਸਤਿਕਾਰ ਵਾਸਤੇ ਲੜਦੇ ਰਹੀਏ, ਸਾਨੂੰ ਸਾਰਿਆਂ ਨੂੰ ਤੁਸੀਂ ਜਿਹੜੀ ਆ ਸਾਡੀ ਪਿੱਠ ਦੇ ਉੱਤੇ ਥਾਪੀ ਦਿਓ। ਅਸੀਂ ਅੱਜ ਤੋਂ ਤੁਹਾਡੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਜਿਹੜੀ ਲੜਾਈ ਆ ਉਹਨੂੰ ਇਸੇ ਤਰ੍ਹਾਂ ਲੜਦੇ ਰਹਾਂਗੇ। ਹੋਰ ਪ੍ਰਿੰਸੀਪਲ ਜਸਵੰਤ ਸਿੰਘ ਵੱਲੋਂ ਜਿਹੜੀ ਸੂਟ ਦੀ ਗੱਲ ਆ ਉਹਦੇ ਤੋਂ ਤੁਹਾਡਾ ਮੁੱਦਾ ਜਿਹੜਾ ਉੱਠਿਆ ਜੀ, ਉਹਦੇ ਸੰਬੰਧੀ ਜਿਹੜਾ ਜਿੱਦਾਂ ਤੁਸੀਂ ਕਹਿੰਦੇ ਵੀ ਇੱਕ ਤਰਫਾ ਫੈਸਲਾ ਲਿਆ ਜੀ, ਸਿੰਘ ਸਾਹਿਬ ਨਾਲ ਕੋਈ ਗੱਲਬਾਤ ਕੀਤੀ ਜੀ ਜਾਂ ਮੰਗ ਪੱਤਰ ਦਿੱਤਾ ਵੀ ਇਸ ਤਰ੍ਹਾਂ ਨਹੀਂ ਸੀ? ਦੇਖੋ ਜੀ, ਜਦੋਂ ਫੈਸਲਾ ਹੀ ਆ ਜਾਵੇ ਫਿਰ ਮੰਗ ਪੱਤਰ ਦੇਣ ਦੀ ਗੁਜਾਇਸ਼ ਨਹੀਂ ਰਹਿ ਜਾਂਦੀ, ਉਹਨਾਂ ਨੇ ਫੈਸਲਾ ਸੁਣਾ ਦਿੱਤਾ, ਹੁਣ ਤੇ ਜਿਹੜਾ ਮੰਗ ਪੱਤਰ ਜਾਂ ਕੋਈ ਦੇਣਾ ਉਹ ਨਿਰ ਆਧਾਰ ਆ। ਬਾਕੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਹਾਂ ਕਿ ਜੇ ਮੌਜੂਦਾ ਜਥੇਦਾਰ ਨੂੰ ਪ੍ਰਿੰਸੀਪਲ ਦੇ ਘਰ ਵਿੱਚ ਚੱਲ ਰਹੀ ਮਰਿਆਦਾ ਠੀਕ ਲੱਗਦੀ ਹੈ, ਫਿਰ ਇਹ ਇੱਕ ਆਰਡੀਨੈਂਸ ਜਾਂ ਆਦੇਸ਼ ਜਾਰੀ ਕਰ ਦੇਣ ਕਿ ਜਿਹੜੀ ਪ੍ਰਿੰਸੀਪਲ ਦੇ ਘਰ 'ਚ ਮਰਿਆਦਾ ਚੱਲਦੀ ਸੀ ਉਹ ਸਿੱਖ ਫਾਲੋ ਕਰਨ। ਅਸੀਂ ਤਾਂ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਜਿਹੜੀ ਮਰਿਆਦਾ ਚੱਲਦੀ ਜੋ ਸਤਿਕਾਰ ਹੁੰਦਾ ਹੋ ਰਿਹਾ ਉਹ ਤਰ੍ਹਾਂ ਦਾ ਸਤਿਕਾਰ ਉੱਥੇ ਨਹੀਂ ਸੀ ਹੋ ਰਿਹਾ, ਅਸੀਂ ਇਸ ਕਰਕੇ ਸਾਡੇ ਮਨਾਂ ਨੂੰ ਠੇਸ ਪਹੁੰਚਦੀ ਹੈ। ਪਰ ਜੇ ਜਥੇਦਾਰ ਸਾਹਿਬ ਨੂੰ ਪ੍ਰਿੰਸੀਪਲ ਵਾਲੀ ਮਰਿਆਦਾ ਚੰਗੀ ਲੱਗਦੀ, ਉਹਦੇ ਘਰ ਵਿੱਚ ਲੱਗਦੀ ਆ, ਤਾਂ ਫਿਰ ਅਕਾਲ ਤਖ਼ਤ ਸਾਹਿਬ ਵਾਲੀ ਜਿਹੜੀ ਹੈ ਸਤਿਕਾਰ ਬਹਾਲ ਹੈ ਵਾਪਸ ਲੈ ਲੈਣ ਅਤੇ ਪ੍ਰਿੰਸੀਪਲ ਵਾਲਾ ਜਿਹੜਾ ਉਹ ਕਰ ਦੇਣ। ਜਥੇਦਾਰ ਸਾਹਿਬ ਦਾ ਕਿ ਉਸ ਨਾਲ ਇਸ ਬਿਆਨ 'ਚ ਹੋਰ ਵੀ ਬਿਆਨ ਲੱਗਾ ਸੀ ਜੀ, ਸਤਿਕਾਰ ਕਮੇਟੀ ਦੀਆਂ ਕੁਛ ਸ਼ਿਕਾਇਤਾਂ ਆ ਰਹੀਆਂ ਜਿਹਦੀ ਇੱਥੇ ਪੜਤਾਲ ਚੱਲਦੀ, ਕਿ ਉਹਦੇ ਬਾਰੇ ਤੁਹਾਨੂੰ ਬੁਲਾ ਕੇ ਪੁੱਛਿਆ ਗਿਆ ਹਾਲੇ ਤੱਕ ਨਹੀਂ ਕੁਛ? ਦੇਖੋ ਜੀ, ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਕਿ ਇੱਕ ਤਰਫਾ ਜੋ ਮਰਜ਼ੀ ਕਹੀ ਜਾਣ, ਜਦੋਂ ਬੁਲਾਉਣਗੇ ਹਾਜ਼ਰ ਹੋਵਾਂਗੇ। ਅਕਾਲ ਤਖ਼ਤ ਸਾਹਿਬ ਨੂੰ ਸਿਰ ਧੁੱਕ ਚੁੱਕ ਚੁੱਕਦਾ ਆ, ਪਰ ਉਹ ਇੱਕ ਧੜੇ ਦੇ ਬਣ ਕੇ ਨਾ ਹੋਣ, ਉਹ ਧੜੇ ਦੇ ਬਣ ਕੇ ਉਹ ਕਰ ਰਿਹਾ ਕਿਸੇ ਪਾਰਟੀ ਨੂੰ ਫਾਇਦਾ ਪਹੁੰਚਾਉਣ ਵਾਸਤੇ ਲੇਪਾ ਪੋਚੀ ਵਾਲੇ ਬਿਆਨ ਦੇ ਕੇ ਅਕਾਲੀ ਫੂਲਾ ਸਿੰਘ ਨਹੀਂ ਬਣਿਆ ਜਾਣਾ। ਜੇ ਅਕਾਲੀ ਫੂਲਾ ਸਿੰਘ ਉਹਨਾਂ ਨੇ ਹਕੀਕੀ ਬਣਨਾ ਆ ਤਾਂ ਫਿਰ ਅਕਾਲੀ ਫੂਲਾ ਸਿੰਘ ਵਰਗੀ ਕਮਾਂਡ ਉਹਨਾਂ ਨੂੰ ਦੇਣੀ ਪੈਣੀ ਆ। ਇੱਕ ਤਰਫਾ ਫੈਸਲੇ 'ਚ ਨਾ ਸੁਣਾ ਕੇ ਅਕਾਲੀ ਫੂਲਾ ਸਿੰਘ ਬਣਿਆ ਨਹੀਂ ਜਾਣਾ, ਕਿਉਂਕਿ 267 ਸਰੂਪਾਂ ਵਾਲਾ ਜਿਹੜਾ ਮਸਲਾ ਆ ਉਹਨੂੰ ਇਹ ਕਿਤੇ ਆਪਣੀ ਬਣਾਈ ਹੋਈ ਟੀਮ ਤੋਂ ਕਾਲਾ ਬਿਆਨ ਦੇ ਕੇ ਉਹਨਾਂ ਨੂੰ ਬਚਾਉਂਦੇ ਨਜ਼ਰ ਆ ਰਹੇ ਆ। ਅਤੇ ਫਿਰ 2015 ਵਿੱਚ ਜਿਨ੍ਹਾਂ ਨੇ ਬੇਅਦਬੀ ਕਰਾਈ, ਜਿਨ੍ਹਾਂ ਨੇ ਕੀਤੀ, ਜਿਨ੍ਹਾਂ ਦੇ ਕਹਿਣ 'ਤੇ ਗੋਲੀਆਂ ਚੱਲੀਆਂ, ਬੱਚੇ ਨੌਜਵਾਨ ਵੀਰ ਸ਼ਹੀਦ ਹੋਏ, ਉਹਨਾਂ ਨੂੰ ਹਜੇ ਤੱਕ ਅਖੌਤੀ ਅਕਾਲੀ ਫੂਲਾ ਸਿੰਘ ਨੇ ਆਵਾਜ਼ ਵੀ ਨਹੀਂ ਮਾਰੀ ਉਹਨਾਂ ਲੋਕਾਂ ਨੂੰ। ਇਸ ਤੋਂ ਸਿੱਧ ਹੁੰਦਾ ਵਾ ਕਿ ਇੱਕ ਧੜੇ ਨੂੰ ਉਭਾਰ ਰਿਹਾ ਅਤੇ ਜਿਹੜੀ ਸੰਗਤ ਇਮੋਸ਼ਨਲ ਹੋ ਕੇ ਗੁਰੂ ਦੀ ਅਦਬ ਵਾਸਤੇ ਤੁਰੀ ਹੋਈ ਆ ਉਹਨੂੰ ਇਹ ਨੱਪਣਾ ਚਾਹੁੰਦੇ ਆ। ਬਾਬਾ ਜੀ, ਗੱਲ ਚੱਲ ਰਹੀ ਸੀ 267 ਸਰੂਪਾਂ ਦੀ ਜੀ, ਕੀ 267 ਸਰੂਪਾਂ ਦਾ ਅੱਜ 17 ਤਰੀਕ ਹੋ ਗਈ, ਇੱਕ ਮਹੀਨਾ ਹੋ ਚੁੱਕਾ ਜੀ, 24 ਤਰੀਕ ਦੀ ਮੀਟਿੰਗ ਦੇ ਵਿੱਚ ਸੂਤਰਾਂ ਦੇ ਆਧਾਰ ਤੇ ਖਬਰ ਮਿਲਦੀ ਪਈ ਹੈ ਵੀ ਉਹਦੇ ਬਾਰੇ ਫੈਸਲਾ ਆਏਗਾ ਜੀ, ਕੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਫੈਸਲਾ ਆਏਗਾ ਉਹ ਤੁਹਾਨੂੰ ਮਨਜ਼ੂਰ ਹੋਏਗਾ ਜੀ? ਜੇ ਫੈਸਲਾ ਸਿੱਖ ਭਾਵਨਾਵਾਂ ਨੂੰ ਤਰਜਮਾਨੀ ਕਰਦਾ ਹੋਊਗਾ ਅਤੇ ਕੌਮ ਉਹਨੂੰ ਐਕਸੈਪਟ ਕਰੂਗੀ, ਅਤੇ ਜੇ ਕਿਸੇ ਪਰਿਵਾਰ ਨੂੰ ਜਾਂ ਧੜੇ ਨੂੰ ਬਚਾਉਣ ਵਾਲਾ ਫੈਸਲਾ ਹੋਇਆ ਤਾਂ ਕੌਮ ਉਹਦਾ ਵਿਰੋਧ ਕਰੇਗੀ। ਕੀ ਜਥੇਬੰਦੀਆਂ ਜਿਹੜੀਆਂ ਨੇ ਅੱਗੇ ਹੁਣ ਆਪਣੀ ਜਿਹੜੀ ਸੇਵਾ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਰੂਪਾਂ ਲਈ ਅਕਾਲ ਤਖ਼ਤ ਦੇ ਆਦੇਸ਼ ਦੇ ਬਾਅਦ ਜਾਰੀ ਰੱਖਣਗੀਆਂ ਜਾਂ ਅਜੇ? ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਅੱਜ ਦਾ ਨਹੀਂ ਗਾ, 2001 ਦਾ ਆਦੇਸ਼ ਆ, ਉਹਦੇ ਉੱਤੇ ਲਿਖਿਆ ਹੋਇਆ ਕਿ ਗੁਰਮਤ ਤੋਂ ਉਲਟ ਹੋ ਰਹੀਆਂ ਧਿੰਗਾ ਜੋਰੀਆਂ ਕਾਰਵਾਈਆਂ ਨੂੰ ਸਿੱਖ ਸੰਗਤਾਂ ਇਕਮੁੱਠ ਹੋ ਕੇ ਰੋਕਣ, ਅਤੇ ਅਸੀਂ ਸਾਰੇ ਸਿੱਖ ਅਖਵਾਉਣ ਦਾ ਹੱਕ ਰੱਖਦੇ ਹਾਂ, ਇਸ ਕਰਕੇ ਅਸੀਂ ਇਕਮੁੱਠ ਹੋ ਕੇ ਰੋਕ ਰਹੇ ਹਾਂ। ਜੇ ਜਥੇਦਾਰ ਨੇ ਬੰਦ ਕਰਨਾ ਤਾਂ ਫਿਰ ਉਹ ਹੁਕਮਨਾਮਾ ਵਾਪਸ ਲੈ ਲੈਣ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ
हुण तक बहुत सारे अजिहे लोगों का सौदा लगाया जा चुका है जिहड़े गुरबाणी दे गुटकियां पोथियां पुस्तकां अते श्री गुरु ग्रंथ साहिब जी दे सरूपां दी भी बेअदबी करते रहे अते श्री गुरु ग्रंथ साहिब जी दे सत्कार नूं बहाल करन दे लई हमेशा ही श्री गुरु ग्रंथ साहिब सत्कार कमेटी ने अहम भूमिका निभाई है। पर ज्ञानी हरप्रीत सिंह ने यह सब कुछ क्यों कहा, इस दे पिछे असल कारण की हो सकते हैं, वह तो जथेदार श्री अकाल तख्त साहब ही जानते हैं। पर इन्ना जरूर है कि जथेदार के इस फैसले अते बयान की चर्चा दूर दूर तक हो रही है। अमृतसर तो गुरप्रीत सिंह, पंजाबी लोक चैनल।